ਸਵਾਦ ਨਹੀਂ ਹੁੰਦੀ ਸਲੋ ਅਸਲਾਮ ਅਲੈਕੁਮ ਸਾਰਿਆਂ ਦਾ ਕੀ ਹਾਲ ਚਾਲ ਜੇ ਮੈਂ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤਕੜੇ ਹੋਵੋਗੇ ਅੱਲਾ ਪਾਕ ਤੁਹਾਨੂੰ ਸਿਹਤ ਦੇਵੇ ਤੁਹਾਨੂੰ ਸੀ ਦੇਵੇ ਤੇ ਇਸੇ ਦੁਆ ਨਾਲ ਆਪਾਂ ਅੱਜ ਅਗਾਜ ਆਪਣੇ ਬਲੌਗ ਦਾ 4:30 ਵਜੇ ਨਾਲ ਕਰਦੇ ਹਾਂ ਤੇ ਅੱਜ ਤੁਹਾਨੂੰ ਮੈਂ ਦੱਸਣਾ ਇਹ ਵਾ ਅੱਜ ਮੇਰੇ ਨਾਲ ਹੋਇਆ ਕੀ ਆ ਅੱਜ ਮੈਂ ਘਰੋਂ ਜਦੋਂ ਨਿਕਲਣ ਲੱਗਾ ਤਾਂ ਮੈਂ ਟਾਈਮ ਸੀ ਦੇਖਿਆ ਹੈਗਾ ਟਾਈਮ ਕੀ ਹੋਇਆ ਤੇ ਮੈਂ ਘਰ ਅੱਬੂ ਹਾਂ ਨੂੰ ਕਿਹਾ ਵੀ ਅੱਬਾ ਜੀ ਮੈਂ ਚੱਲਦਾ ਹਾਂ ਅੱਲਾ ਫਿਰ ਸਾਜਰੇ ਤੋਂ ਚੱਲਦਾ ਅੱਬਾ ਜੀ ਕਹਿੰਦੇ ਕਿਹੜੀ ਤੇਰੀ ਸਾਜਰੇ 10:30 ਵਜੇ ਨਾਲ ਹੁੰਦੀ ਅੱਜ ਤੇ ਯਾਰ ਮੇਰੀ ਬੇਇੱਜ਼ਤੀ ਬੜੀ ਹੋਈ ਅੱਜ ਸ਼ਰਮ ਨਾਲ ਪਾਣੀ ਹੋਇਆ ਪਿਆ ਤੇ ਅੱਜ 4:30 ਵਜੇ ਨਾਲ ਵਲੌਗ ਬਣਨ ਲੱਗਾ ਅਜੇ ਤੁਹਾਨੂੰ ਬਾਈ ਦੱਸਦੇ ਆ ਫਿਰ ਕੀ ਆਪਾਂ ਕੰਮ ਸ਼ਾਮ ਕਰਨ ਲੱਗੇ ਆ ਹੁਣ ਭਰਾਵਾ ਕੀ ਕਰੀਏ ਮੋਬਾਈਲ ਨੀ ਹੈਗਾ ਕੋਲ ਹੁਣ ਅਬ ਵੱਡੇ ਭਾਈ ਹੁਣੀ 4:30 ਵਜੇ ਆਏ ਸੀਗੇ ਦੁਕਾਨ ਤੇ ਮੇਰੀ ਤੇ ਮੈਂ ਕਿਹਾ ਯਾਰ ਵੱਡੇ ਭਾਈ ਯਾਰ ਵਲੌਗ ਬਣਾ ਦੇ ਅੱਜ ਮੇਰਾ ਇੱਕ ਯਾਰ ਨਿੱਕੇ ਭਰਾ ਦਾ ਆ ਤੁਹਾਨੂੰ ਅੱਜ ਦੱਸਦੇ ਆਪਾਂ ਕੀ ਕਰਨ ਲੱਗੇ ਆ ਆਪਾਂ ਇੱਥੇ ਕਰਨੀ ਆ ਇੱਕ ਆਪਾਂ ਸੂਟ ਸਟਿਚ ਕਰਨਾ ਇਨਸ਼ਾਅੱਲਾ ਤੁਹਾਨੂੰ ਦਿਖਾਵਾਂਗੇ ਬਹੁਤ ਵਧੀਆ ਸੂਟ ਹੋਏਗਾ ਦੁਕਾਨ ਸਿਖਾਉਣ ਦਾ ਨਾਮ ਤੇ ਨਾਲੇ ਸਾਰੇ ਮੇਰੇ ਭਾਈਆਂ ਨੂੰ ਇਹੀ ਗੱਲ ਆ ਜੀ ਬਸ ਲਗਨ ਰੱਖੋ ਕੰਮ ਵਿੱਚ ਠੀਕ ਆ ਪਿਆਰ ਮੁਹੱਬਤ ਸਾਰਿਆਂ ਨੇ ਵੰਡਾਓ ਠੀਕ ਆ ਤੇ ਦੂਸਰੇ ਨੰਬਰ ਤੇ ਆਪਾਂ ਫੈਨ ਆ ਬਹੁਤ ਵੱਡੇ ਸਿੱਧੂ ਮੂਸੇਵਾਲੇ ਦੇ ਠੀਕ ਆ ਇਹ ਛੱਲਾ ਵੀ ਉਹਦੇ ਨਾਮ ਦਾ ਬਣਾਇਆ ਹੋਇਆ ਵਾ PBX186 ਉਹਦਾ ਨਾਮ ਹੀ ਲਿਖਿਆ ਆਪਣੇ ਬਾਈ ਆਵਾਜ਼ ਨੂੰ ਲਾਉਂ ਜੀ ਗੋਲ ਗੱਪਿਆਂ ਦੀ ਕਿਸੇ ਨੇ ਗੋਲ ਗੱਪੇ ਖਾਣੇ ਤੇ ਬਾਈ ਆਜੋ ਯਾਰ ਜਿਗਰ ਠੰਡਾ ਕਰੋ ਬਾਈ ਜਿਗਰ ਠੰਡਾ ਕਰੋ ਕਿਧਰ ਗਿਆ ਭਾਈ ਸਾਹ ਜੀ ਓਏ ਪਾਜੀ ਦਾ ਅੱਗੇ ਚੱਲ ਜਾ ਓਏ ਅਮਰ ਕੋਲ ਕਿੱਥੇ कुछ नहीं होता पजामा तो मंगा लो दो सौ रुपये दर्जन रोड़ी है वेखी की कहना दे देना खट्टा ही ना पजामा तो दे दे पा के नहीं बस दो तीन चलो आ जाएंगे चलो यार सारे जायो ना कि तारी बड़ी मेहरबानी है हम गोलगप्पे आने लगे खा के जाने यार है नहीं तो मैं कल ने खाए ने फिर कहना भी यार गोलगप्पे तू विखाए है यार ਜੋ ਵੀ ਸਾਰੇ ਭਾਈਆਂ ਵਾਸਤੇ ਸਾਡੇ ਇਸ ਯੂਟਿਊਬਰ ਭਾਈ ਨੇ ਗੋਲਗੱਪੇ ਮੰਗਾਏ ਆ ਜੀ ਭਾਈਆਂ ਮੰਗਾਏ ਤੇ ਬਹੁਤ ਸਾਰੇ ਮਹਿੰਗਾਈ ਦਾ ਕਰਕੇ ਆਏ 4-5 ਹਜ਼ਾਰ ਆਜੋ ਯਾਰ ਭਾਈ ਖਾਓ ਯਾਰ ਆਜੋ ਯਾਰ ਬੂਹਾ ਬੰਦ ਕਰਦੀ ਧੁੱਪ ਆਉਂਦੀ ਯਾਰ ਸਕਿਨ ਕਾਲੀ ਨਾ ਹੋ ਜਾਏ ਕਿਤੇ ਮੇਰੀ ਅੱਗੇ ਭਰਾ ਕਿਤੇ ਮਸਾਂ ਅਸੀਂ ਯੂਟਿਊਬਰ ਬਣਨ ਲੱਗੇ ਆ ਕੈਮਰਾਮੈਨ ਭਾਈ ਆਜੋਗੇ ਤੁਸੀਂ ਕਿ ਮੁੜ ਕੇ ਫਿਰ ਐਂਡ ਤੇ ਥਾਲੀ ਚਟਣੀ ਤੁਸੀਂ ਬਾਈ ਮਜ਼ੇਦਾਰ ਆ ਚੱਲ ਅੱਧਾ ਲੈ ਲਾ ਯਾਰ ਮੂੰਹ ਥੋੜਾ ਲਾ ਲਾ ਤੂੰ ਸਾਰਾ ਹੀ ਖਾ ਕੇ ਤੇ ਇੱਕੋ ਵਾਰੀ ਸੁੱਟ ਲਿਆ ਮਜ਼ੇਦਾਰ ਬੜੇ ਯਾਰ ਚੱਲ ਤੋੜ ਲਾ ਯਾਰ ਲਓ ਜਨਾਬ ਅੱਜ ਦੀ ਵੀਡੀਓ ਦਾ ਐਂਡ ਕਿਉਂਕਿ ਵੱਡੇ ਭਾਈ ਨਹੀਂ ਚੱਲੇ ਸੀਗੇ ਅਤੇ ਮੈਂ ਕਿਹਾ ਵੀ ਇਸ ਵੀਡੀਓ ਦਾ ਐਂਡ ਕਰ ਦਈਏ ਕਿਉਂਕਿ ਆਪਣਾ ਕੋਲ ਮੋਬਾਈਲ ਨਹੀਂ ਹੈ ਜਦੋਂ ਮੋਬਾਈਲ ਆਏਗਾ ਅਤੇ ਆਪਾਂ ਫਿਰ ਦਿਲ ਖੋਲ੍ਹ ਕੇ ਗੱਲਾਂ ਕਰਿਆ ਕਰਾਂਗੇ ਦਿਲ ਲਈ ਸਾਂਝੀਆਂ ਗੱਲਾਂ ਕਰਿਆ ਕਰਾਂਗੇ ਪੁਰਾਣੇ ਬਾਬਿਆਂ ਨਾਲ ਬਜ਼ੁਰਗਾਂ ਨਾਲ ਬਹਿ ਕੇ ਅਤੇ ਤੁਹਾਡਾ ਆਪਣਾ ਚੈਨਲ ਕਮਾਓ ਪੁੱਤ ਅਤੇ ਮੈਂ ਉਮੀਦ ਕਰਦਾ ਵਾਂ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਵੇ ਅਤੇ ਇਸ ਚੈਨਲ ਨੂੰ ਲਾਈਕ ਕਰ ਲਓ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਿਓ ਕਿਉਂਕਿ ਸਾਡੀ ਜਿੰਨੀਆਂ ਵੀਡੀਓ ਤੁਹਾਡੇ ਤੱਕ ਪਹੁੰਚੀਆਂ ਤੁਸੀਂ ਦੇਖੋ ਅਤੇ ਅੱਲਾ ਹਾਫਿਜ਼ ਜੀ ਆ ਇੱਕ ਦਫ਼ਾ ਜੀ ਛੋਲੇ ਬੜੇ ਮਜ਼ੇਦਾਰ ਲੱਗੇ ਅਤੇ ਮੈਂ ਕਿਹਾ ਯਾਰ ਫਿਰ ਇੱਕ ਦਫ਼ਾ ਹੁਣ ਹੋ ਜਾਣਾ ਆਜੋ ਜਿਹਨੇ ਖਾਣੇ ਆਜੋ ਬਈ ਯਾਰ